प्यारे विद्यार्थियों 8वीं क्लास ਦੇ ਮੈਥਸ ਵਿਸ਼ੇ ਨਾਲ ਸੰਬੰਧਿਤ ਸੈਸ਼ਨ ਵਿੱਚ ਸਾਰਿਆਂ ਦਾ ਸਵਾਗਤ ਹੈ ਤੇ ਵਿਦਿਆਰਥੀਆਂ ਨੂੰ ਮੈਨੂੰ ਪੂਰੀ ਆਸ ਹੈ ਕਿ ਤੁਸੀਂ ਟਰਮ 2 ਦੇ ਇਗਜ਼ਾਮਸ ਫਾਈਨਲ ਇਗਜ਼ਾਮਸ ਦੀ ਤਿਆਰੀ ਜਿਹੜੀ ਹੈ ਉਹ ਬੜੇ ਜੋਰਾ ਸ਼ੋਰਾ ਨਾਲ ਕਰ ਰਹੇ ਹੋਗੇ ਤੁਹਾਡੇ ਵੀਕਲੀ ਟੈਸਟ ਜਿਹੜੇ ਨੇ ਉਹ ਵੀ ਹੋ ਰਹੇ ਨੇ ਤੇ ਵਿਦਿਆਰਥੀਓ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੁਆਰਾ ਇੱਕ ਸੈਂਪਲ ਪੇਪਰ ਤੁਹਾਨੂੰ ਭੇਜਿਆ ਗਿਆ ਸੀ ਜੋ ਕਿ ਇਹ ਇਨਸ਼ੋਰ ਕਰਦਾ ਹੈ ਕਿ ਹਰ ਚੈਪਟਰ ਦੇ ਵਿੱਚੋਂ ਕਿਸ ਤਰ੍ਹਾਂ ਦੇ ਸਾਮ ਜਿਹੜਿਆ ਉਹ ਤੁਹਾਨੂੰ ਪੇਪਰ ਦੇ ਵਿੱਚ ਪੁੱਛੇ ਜਾ ਸਕਦੇ ਹਨ ਤੇ ਵਿਦਿਆਰਥੀਓ ਸਾਰਿਆਂ ਨੂੰ ਪਤਾ ਹੈ ਕਿ ਪੇਪਰ 40 ਨੰਬਰ ਦਾ ਹੋਏਗਾ ਆਓ ਪਿਆਰੀ ਵਿਦਿਆਰਥੀਓ ਆਓ ਸਭ ਤੋਂ ਪਹਿਲਾਂ ਅਸੀਂ ਸੈਂਪਲ ਪੇਪਰ ਬਾਰੇ ਜਾਣ ਲੈਣੇ ਆ ਤੇ ਪਿਆਰੀ ਵਿਦਿਆਰਥੀਓ ਇਸ ਵਿੱਚ ਭਾਗ ਊੜੇ ਦੇ ਵਿੱਚੋਂ ਤੁਹਾਨੂੰ ਚਾਰ ਜਿਹੜੇ ਸਵਾਲ ਹੈ ਉਹ ਆਣਗੇ ਜੋ ਕਿ 2 ਅੰਕਾਂ ਦੇ ਹੋਣਗੇ ਤੇ ਵਿਦਿਆਰਥੀਓ ਭਾਗ ਐਡੇ ਦੇ ਵਿੱਚੋਂ 5 ਤੋਂ ਲੈ ਕੇ 9 ਤੱਕ ਪ੍ਰਸ਼ਨ ਜਿਹੜੇ ਨੇ ਹੋਣਗੇ 4 ਅੰਕਾਂ ਦੇ ਇਹਨਾਂ ਵਿੱਚੋਂ ਕਿਸੇ ਵੀ ਤਿੰਨ ਪ੍ਰਸ਼ਨਾਂ ਦੇ ਵਿੱਚ ਅੰਦਰੂਨੀ ਛੋਟ ਜਿਹੜੀ ਆ ਹੋਣੀ ਹੈ ਇਹ ਤੇ ਭਾਗ ਈੜੀ ਜਿਹੜੀ ਹੈ ਉਹਦੇ ਵਿੱਚ ਵਿਦਿਆਰਥੀਓ 10 ਤੋਂ ਲੈ ਕੇ 11 ਤੱਕ ਪ੍ਰਸ਼ਨ ਹੋਣਗੇ ਜੋ ਕਿ 6 ਅੰਕ ਦੇ ਹੋਣਗੇ ਇਹਨਾਂ ਵਿੱਚ ਸਾਰਿਆਂ 'ਚ ਅੰਦਰੂਨੀ ਛੋਟ ਹੋਵੇਗੀ ਤੋਂ ਅੱਜ ਅਸੀਂ ਭਾਗ ਊੜਾ ਜਿਹੜੇ ਨੇ ਇਹਦੇ ਸਵਾਲ ਕਰਾਂਗੇ ਤੇ ਵਿਦਿਆਰਥੀਓ ਭਾਗ ਜਿਹੜਾ ਐੜਾ ਹੈ ਇਹਦੇ ਸਵਾਲ ਅਸੀਂ ਨੈਕਸਟ ਵੀਡੀਓ ਲੈਕਚਰ ਵਿੱਚ ਕਰਾਂਗੇ ਤੇ ਭਾਗ ਈਡੀ ਦੇ ਸਵਾਲ ਜਿਹੜੇ ਨੇ ਅਗਲੇ ਲੈਕਚਰ ਦੇ ਵਿੱਚ ਕਰਾਂਗੇ ਸੋ ਆਓ ਸਭ ਤੋਂ ਪਹਿਲਾਂ ਅਸੀਂ ਭਾਗ ਊੜਾ ਡਿਸਕਸ ਕਰਦੇ ਹਾਂ ਇਸ ਵਿੱਚ ਵਿਦਿਆਰਥੀਓ ਪਹਿਲਾ ਕੁਸ਼ਚਨ ਜਿਹੜਾ ਹੈ ਉਹ ਤੁਹਾਡੀ ਸਕਰੀਨ ਦੇ ਉੱਪਰ ਫਲੈਸ਼ ਹੋ ਰਿਹਾ ਇਹ ਇਹਦੇ ਵਿੱਚ ਕੀ ਹੈ ਕਿ ਦੋ ਸੰਖਿਆਵਾਂ ਤੁਹਾਨੂੰ ਦਿੱਤੀਆਂ ਨੇ ਜੋ ਕਿ ਅਨੁਪਾਤ 2 ਅਨੁਪਾਤ 5 ਵਿੱਚ ਹਨ ਜੇਕਰ ਉਹਨਾਂ ਵਿੱਚ ਅੰਤਰ 668 ਹੈ ਤਾਂ ਸੰਖਿਆਵਾਂ ਜਿਹੜੀਆਂ ਨੇ ਤੁਸੀਂ ਪਤਾ ਕਰਨੀਆਂ ਨੇ ਪਹਿਲੀ ਗੱਲ ਬੱਚਿਓ ਇੱਥੇ ਧਿਆਨ ਦੇਣ ਦੀ ਜੋ ਗੱਲ ਹੁੰਦੀ ਹੈ ਕਿ ਅਨੁਪਾਤ ਦਾ ਮਤਲਬ ਕੀ ਹੁੰਦਾ ਹੈ ਅਨੁਪਾਤ ਐਕਚੁਅਲ ਵਿੱਚ ਫ੍ਰੈਕਸ਼ਨ 'ਚ ਆ ਜਾਂਦੀ ਜਿੱਦਾਂ ਕਿ 2/5 ਠੀਕ ਹੈ ਇਹ ਸਿੰਪਲੈਸਟ ਫਾਰਮ ਹੁੰਦੀ ਹੈ ਦੇਖੋ ਸਿੰਪਲੈਸਟ ਫਾਰਮ ਦਾ ਮਤਲਬ ਕਿ ਫ੍ਰੈਕਸ਼ਨ ਜਿਹੜੀ ਹੈ ਸਿੰਪਲੈਸਟ ਹੈਗੀ ਇਹਨੂੰ ਅਸੀਂ ਕੀ ਹੈ ਇਹਨਾਂ ਅਨੁਪਾਤਾਂ ਨੂੰ ਅਸੀਂ ਸੰਖਿਆਵਾਂ ਵਿੱਚ ਬਦਲਣਾ ਹੈ ਤਾਂ ਇਹਨੂੰ x ਨਾਲ ਉੱਪਰ ਮਲਟੀਪਲਾਈ ਕਰ ਦੋ x ਨਾਲ ਹੀ ਥੱਲੇ ਮਲਟੀਪਲਾਈ ਕਰ ਦੋ ਠੀਕ ਹੈ ਤਾਂ ਤੁਹਾਡੀ ਪਹਿਲੀ ਸੰਖਿਆ ਜਿਹੜੀ ਹੈ ਉਹ ਤੁਹਾਨੂੰ ਪ੍ਰਾਪਤ ਹੋਏਗੀ 2x ਤੇ ਦੂਸਰੀ ਸੰਖਿਆ ਜਿਹੜੀ ਪ੍ਰਾਪਤ ਹੋਏਗੀ 5x ਠੀਕ ਹੈ ਤੇ ਵਿਦਿਆਰਥੀਓ ਇਹਨਾਂ ਦਾ ਅੰਤਰ ਜਿਹੜਾ ਹੈ ਓਬਵੀਅਸ ਆ ਵੱਡੀ ਵੈਲਿਊ ਚੋਂ ਛੋਟੀ ਵੈਲਿਊ ਨੂੰ ਤੁਸੀਂ ਮਾਈਨਸ ਕਰੋਗੇ ਜਿਵੇਂ ਕਿ ਕੁਐਸਚਨ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਵਿੱਚ ਅੰਤਰ ਜਿਹੜਾ ਹੈ ਉਹ 68 ਦਾ ਹੈ ਤਾਂ x ਵਾਲੀ ਰਕਮ ਚੋਂ x ਵਾਲੀ ਰਕਮ ਨੂੰ ਤੁਸੀਂ ਜਦੋਂ ਮਾਈਨਸ ਕਰੋਗੇ ਤਾਂ ਬੱਚੋ 5 2 3x ਆਊਗਾ ਇਹ ਨਹੀਂ ਕਿ ਇੱਥੇ x ਕੱਢ ਦੇਣਾ 5ਾਂ ਚੋਂ 2 ਜ਼ਰੂਰ ਕੱਢੇ ਨੇ 3 ਆਇਆ ਪਰ x ਨਾਲ ਹੀ ਹੋਵੇਗਾ ਤੇ ਬਰਾਬਰ ਕਿਹਦੇ ਹੋਏਗਾ 64 ਦੇ ਤਾਂ ਵਿਦਿਆਰਥੀਓ ਤੁਹਾਨੂੰ x ਦੀ ਕੀਮਤ ਕਿੰਨੀ ਆਈ 64 3 22 ਠੀਕ ਹੈ 22 ਜਿਹੜੀ ਹੈ ਉਹ x ਦੀ ਕੀਮਤ ਆਈ ਹੈ ਤੇ ਵਿਦਿਆਰਥੀਓ ਸੰਖਿਆਵਾਂ ਪਤਾ ਕਰਨ ਨੂੰ ਕਿਹਾ ਸੀ ਪਹਿਲੀ ਸੰਖਿਆ 2x ਬਣੀ ਸੀ ਤਾਂ 2 ਦੀ ਤੁਸੀਂ 22 ਨਾਲ ਗੁਣਾ ਕਰ ਦਿਓ ਤੁਹਾਨੂੰ 44 ਬਰਾਪਤ ਹੋਏ ਤੇ ਵਿਦਿਆਰਥੀਓ ਦੂਸਰੀ ਸੰਖਿਆ ਜਿਹੜੀ ਹੈ ਉਹ ਕਿੰਨੀ ਹੈਗੀ ਹੈ 5x 5 ਨੂੰ ਤੁਸੀਂ 22 ਨਾਲ ਗੁਣਾ ਕਰਨੀ ਹੈ ਤਾਂ ਵਿਦਿਆਰਥੀਓ ਤੁਹਾਨੂੰ ਕਿੰਨੇ ਪ੍ਰਾਪਤ ਹੋਣਗੇ 5 2 10 5 2 10 1 11 ਯਾਨੀ ਕਿ 110 ਠੀਕ ਹੈ ਹੁਣ ਦੇਖੋ ਦੋਨਾਂ ਦਾ ਅੰਤਰ ਕਰਕੇ ਵੀ ਦੇਖ ਲਓ 110 ਦੇ ਵਿੱਚੋਂ ਜਦੋਂ ਤੁਸੀਂ 44 ਨੂੰ ਮਾਈਨਸ ਕਰੋਗੇ ਤਾਂ ਤੁਹਾਨੂੰ 66 ਹੀ ਪ੍ਰਾਪਤ ਹੋਏਗਾ ਇਹ ਦਾ ਮਤਲਬ ਤੁਹਾਡਾ ਆਨਸਰ ਠੀਕ ਹੈ ਓਕੇ ਉਸ ਤੋਂ ਬਾਅਦ ਅਗਲਾ ਕੁਐਸਚਨ ਜਿਹੜਾ ਹੈ ਇਹ ਪ੍ਰੋਬੈਬਿਲਿਟੀ ਬੇਸਡ ਹੈ ਕਿ ਇੱਕ ਬਾਕਸ ਹੈਗਾ ਹੈ ਜਾਂ ਇੱਕ ਥੈਲਾ ਹੈ ਉਸ ਥੈਲੇ ਦੇ ਵਿੱਚ ਵਿਦਿਆਰਥੀਓ ਚਾਰ ਲਾਲ ਗੇਂਦਾਂ ਹਨ ਤੇ ਦੋ ਪੀਲੀਆਂ ਗੇਂਦਾਂ ਹਨ ਜਿਵੇਂ ਕਿ ਤੁਹਾਨੂੰ ਇੱਥੇ ਦਰਸਾਇਆ ਗਿਆ ਹੈ ਕੁੱਲ ਗੇਂਦਾਂ ਕਿੰਨੀਆਂ ਹੋ ਗਈਆਂ ਕੁੱਲ ਗੇਂਦਾਂ ਇੱਥੇ ਵਿਦਿਆਰਥੀਓ 6 ਹੋ ਗਈਆਂ ਪੁੱਛਿਆ ਕੀ ਹੈ ਕਿ ਇਸ ਥੈਲੇ ਦੇ ਅੰਦਰ ਬਿਨਾ ਦੇਖੇ ਤੁਸੀਂ ਕੀ ਹੈ ਇਹਨਾਂ ਵਿੱਚੋਂ ਇੱਕ ਗੇਂਦ ਜਿਹੜੀ ਆ ਉਹ ਕੱਢ ਦੇਣੀ ਹੈ ਮੰਨ ਲਓ ਅਸੀਂ ਗੇਂਦ ਕਿਹੜੀ ਕੱਢਣੀ ਹੈ ਇਥੋਂ ਲਾਲ ਗੇਂਦ ਠੀਕ ਹੈ ਲਾਲ ਗੇਂਦ ਨੂੰ ਕੱਢਣਾ ਹੈ ਤੇ ਲਾਲ ਗੇਂਦ ਕੱਢਣ ਦੀ ਪ੍ਰੋਬੈਬਿਲਿਟੀ ਤੁਹਾਨੂੰ ਪੁੱਛੀ ਹੈ ਸੰਭਾਵਨਾ ਪੁੱਛੀ ਹੈ ਕੀ ਆਊਗੀ ਦੇਖੋ ਲਾਲ ਗੇਂਦ ਹੁਣ ਬਿਨਾ ਦੇਖੇ ਕੱਢਣੀ ਆ ਵੀ ਨਿਕਲ ਸਕਦੀ ਇਹ ਵੀ ਨਿਕਲ ਸਕਦੀ ਇਹ ਵੀ ਨਿਕਲ ਸਕਦੀ ਹੈ ਇਹ ਵੀ ਨਿਕਲ ਸਕਦੀ ਠੀਕ ਹੈ ਤੋਂ ਪ੍ਰੋਬੈਬਿਲਿਟੀ ਜਿਹੜੀ ਲਾਲ ਗੇਂਦ ਨਿਕਲਣ ਦੀ ਮਤਲਬ ਕਿ ਰੈੱਡ ਆ ਗੇਂਦ ਬਾਲ ਜਿਹੜੀ ਹੈ ਨਿਕਲਣ ਦੀ ਉਹ ਕਿਹਦੇ ਬਰਾਬਰ ਹੋਊਗੀ ਦੇਖੋ ਲਾਲ ਗੇਂਦਾਂ ਦੀ ਸੰਖਿਆ ਕੁੱਲ ਸੰਖਿਆ ਤੋਂ ਇਹ ਬਣ ਗਿਆ ਬੱਚੋ 2 3 ਠੀਕ ਹੈ 2 ਦੁਨੀ 4 3 ਦੁਨੀ 6 ਇਨਕਿ 2 3 ਇਹਦਾ ਆਨਸਰ ਆਏਗਾ ਓਕੇ ਬਟੇ ਧਿਆਨ ਨਾਲ ਕਰਨਾ ਇਹ ਦੇਖੋ ਇਹ ਨਹੀਂ ਕਿ ਤੁਸੀਂ ਲਾਲ ਗਿੰਦ 1 ਹੀ ਲੈ ਲਣੀ ਤੇ ਚਾਰੋ ਹੀ ਲੈਣੀਆਂ ਐ ਚਾਰਾਂ ਵਿੱਚੋਂ ਕੋਈ ਵੀ ਬਾਹਰ ਆ ਸਕਦੀ ਹੈ ਬਿਨਾਂ ਦੇਖੇ ਕੱਟ ਰਿਹਾ ਤੇ ਨਾਲ ਵਿੱਚੋਂ ਪੀਲੀਆਂ ਗਿੰਦਾਂ ਨੇ ਉਹ ਇਹਦੇ ਵਿੱਚ ਜੋੜ ਕੇ ਕੁੱਲ ਗਿੰਦਾਂ 6 ਬਣ ਗਈਆਂ ਤੋਂ ਬਣ ਗਿਆ 4/6 2/3 ਠੀਕ ਹੈ ਉਸ ਤੋਂ ਬਾਅਦ ਅਗਲਾ ਹੈ ਕਿ ਇਸ ਤਰ੍ਹਾਂ ਇਹ ਇੱਕ ਇਸ ਤਰ੍ਹਾਂ ਦੇ ਘਾਣ ਦੀ ਭੂਜਾ ਪਤਾ ਕਰੋ ਜਿਸ ਦੀ ਕੁੱਲ ਸਤ੍ਹਾ ਦਾ ਖੇਤਰਫਲ ਜੋ ਹੈ ਉਹ 66 ਸੈਂਟੀਮੀਟਰ ਹੈ ਬੱਚੋ ਕੱਲ ਦੇ ਜਿਹੜਾ ਪੇਪਰ ਤੁਹਾਡਾ ਹੋਇਆ ਸੀ 15 ਤਰੀਕ ਨੂੰ ਉਸ ਵਿੱਚ ਅਸੀਂ ਸਵਾਲ ਇਹਦੇ ਨਾਲ ਦਾ ਇੱਕ ਕੀਤਾ ਸੀਗਾ ਠੀਕ ਹੈ ਤੇ ਕੁੱਲ ਸਤਤਾ ਦਾ ਖੇਤਰਫਲ ਗੱਡਿਆ ਸੀ ਤਾਂ ਵਿਦਿਆਰਥੀਓ ਕੁੱਲ ਸਤਤਾ ਦਾ ਖੇਤਰਫਲ ਹੁੰਦਾ ਸਾਰੀਆਂ ਸਤਾਵਾਂ ਨੂੰ ਤੁਸੀਂ ਕੀ ਹੈ ਮਤਲਬ ਕਿ ਉਹਦਾ ਖੇਤਰਫਲ ਕੱਢ ਲੈਣਾ ਇੱਕ ਸਤਾ ਜਿਹੜੀ ਉਹਦਾ ਖੇਤਰਫਲ ਇੱਥੇ ਕੱਢ ਲਿਓ ਸਾਰੀਆਂ ਸਤਾਵਾਂ ਬਰਾਬਰ ਹੋਣਗੀਆਂ ਇੱਕ ਸਤਾ ਦਾ ਖੇਤਰਫਲ ਕੀ ਹੋਣਾ ਭੁਜਾ ਗੁਣਾ ਭੁਜਾ ਠੀਕ ਹੈ ਤੇ ਉਹ ਬਣ ਗਿਆ a² ਜੇ ਇੱਕ ਭੁਜਾ a ਹੈ ਤਾਂ ਬੱਚੋ 6 ਭੁਜਾਵਾਂ ਹੋਣਗੀਆਂ ਤਾਂ 6a² ਇੱਥੇ ਇਹਦਾ ਕੋਲ ਸਤਾ ਦਾ ਖੇਤਰਫਲ ਦਾ ਫਾਰਮੂਲਾ ਬਣ ਜਾਏਗਾ ਤੇ ਵਿਦਿਆਰਥੀਓ ਦਿੱਤਾ ਕਿੰਨਾ ਹੈ ਤੁਹਾਨੂੰ ਦਿੱਤਾ ਹੈ ਇੱਥੇ 68 ਠੀਕ ਹੈ ਕੋਲ ਸਤਾ ਦਾ ਖੇਤਰਫਲ ਤਾਂ ਏ ਤੁਸੀਂ ਫਾਈਂਡ ਆਊਟ ਕਰਨਾ ਹੈ 64 ਨੂੰ 6 ਨਾਲ ਭਾਗ ਕੀਤੀ ਤਾਂ 11 ਪ੍ਰਾਪਤ ਹੋਇਆ ਇਹਦਾ ਮਤਲਬ ਏ ਜਿਹੜਾ ਹੈ ਉਹ ਆ ਗਿਆ ਸਕੁਅਰ ਜਿਹੜਾ ਹੈ ਦੂਜੀ ਸਾਈਡ ਜਾ ਕੇ ਸਕੁਅਰ ਰੂਟ ਵਿੱਚ ਬਦਲ ਜਾਏਗਾ ਤਾਂ ਇਹ ਆ ਜਾਏਗਾ ਪਲੱਸ ਮਾਈਨਸ ਸਕੁਅਰ ਰੂਟ 11 ਠੀਕ ਹੈ ਇਹ ਥੋੜਾ ਜਿਹਾ ਔਖਾ ਆ ਗਿਆ ਵੈਸੇ ਤੁਹਾਨੂੰ ਬੁੱਕ ਦੇ ਵਿੱਚ ਥੋੜਾ ਈਜ਼ੀ ਕੀਤਾ ਹੋਇਆ ਉਹਦੇ ਵਿੱਚ ਬੁੱਕ 'ਚ ਜਿਹੜਾ ਸਵਾਲ ਹੈ ਉਹਦੇ ਵਿੱਚ ਵਿੱਚੋਂ 6a² ਬਰਾਬਰ ਇੱਥੇ ਤੁਹਾਨੂੰ 600 ਦਿੱਤਾ ਹੋਇਆ ਠੀਕ ਹੈ ਬੁੱਕ ਦੇ ਵਿੱਚ ਠੀਕ ਹੈ ਜੀ 600 ਕੋਲ ਸਦਾ ਦਾ ਖੇਤਰਫਲ ਦਿੱਤਾ ਜਿਹਨੂੰ ਫਿਰ ਸੋਲਵ ਕਰਨਾ ਸੌਖਾ ਹੈ ਕਿ 600 6 ਬਰਾਬਰ ਇਹ ਕਿੰਨਾ ਆਜੂਗਾ 100 ਓਕੇ ਤੋਂ ਇਥੋਂ a ਦੀ ਕੀਮਤ ਕੱਢਣੀ ਹੈ 10 ਦਾ ਵਰਗ 100 ਹੁੰਦਾ ਹੈ ਤੋਂ 10 ਇਥੇ ਆਨਸਰ ਆਜੂਗਾ ਠੀਕ ਹੈ ਪਰ ਜਿਸ ਤਰ੍ਹਾਂ ਤੁਹਾਨੂੰ ਪੁੱਛਿਆ ਹੈ ਬੱਚੋ ਤੁਸੀਂ ਫਿਰ ਆਨਸਰ ਉਹੀ ਦੇਣਾ ਹੈ ਬੁੱਕ ਦੇ ਵਿੱਚ ਤੁਹਾਨੂੰ ਇਹ ਸਵਾਲ ਇਸ ਤਰ੍ਹਾਂ ਹੈਗਾ ਠੀਕ ਹੈ ਉਸ ਤੋਂ ਬਾਅਦ ਵਿਦਿਆਰਥੀਓ ਲਾਸਟ ਸਵਾਲ ਹੈਗਾ ਇਹਦੇ ਵਿੱਚ ਕਿ ਇੱਕ ਸੌਫਟ ਡਰਿੰਕ ਫੈਕਟਰੀ ਵਿੱਚ ਇੱਕ ਮਸ਼ੀਨ 840 ਬੋਤਲਾਂ 6 ਘੰਟੇ ਵਿੱਚ ਭਰਦੀ ਹੈ ਠੀਕ ਹੈ ਤੇ ਉਹ ਮਸ਼ੀਨ 5 ਘੰਟੇ ਵਿੱਚ ਕਿੰਨੀਆਂ ਬੋਤਲਾਂ ਭਰੇਗੀ ਇਹ ਤੁਹਾਡਾ ਸਵਾਲ ਹੈ ਤਾਂ ਵਿੱਚੋ ਇਹ ਸਿੱਧੇ ਅਨੁਪਾਤ ਵਿੱਚ ਸਵਾਲ ਆ ਗਿਆ ਇਹਦੇ ਲਈ ਤੁਸੀਂ ਕੀ ਹੈ ਬਾਕਸ ਬਣਾ ਲੈਣਾ ਇਹਦਾ ਵੀ ਟੈਸਟ ਆਲਰੇਡੀ ਹੋ ਚੁੱਕਿਆ ਹੈ ਤੋ ਬੋਤਲਾਂ ਦੀ ਗਿਣਤੀ ਤੇ ਇੱਥੇ ਆ ਜਾਏਗਾ ਸਮਾਂ ਠੀਕ ਹੈ ਘੰਟਿਆਂ ਦੇ ਵਿੱਚ ਤੋ ਬੋਤਲਾਂ ਦੀ ਗਿਣਤੀ ਜਿਹੜੀ 840 ਹੈ ਸਮਾਂ ਇੱਥੇ 5 ਘੰਟੇ ਦਿੱਤਾ ਗਿਆ ਹੈ ਸੌਰੀ 6 ਘੰਟੇ 6 ਘੰਟਿਆਂ ਵਿੱਚ 8 840 ਬੋਤਲਾਂ ਭਰ ਰਹੀਆਂ ਨੇ ਕਿੰਨੀਆਂ ਬੋਤਲਾਂ 5 ਘੰਟੇ ਵਿੱਚ ਭਰਨ ਗਿਆ ਇਹ ਤੁਸੀਂ ਫਾਈਂਡ ਕਰਨਾ ਸਿੱਧਾ ਅਨੁਪਾਤ ਹੈ ਸਮਾਂ ਘਟੇਗਾ ਬੋਤਲਾਂ ਦੀ ਸੰਖਿਆ ਵੀ ਘਟੇਗੀ ਤੋ ਵਿਦਿਆਰਥੀਓ ਫਾਰਮੂਲਾ ਤੁਹਾਨੂੰ ਯਾਦ ਹੋਏਗਾ x1/y1 x2/y2 ਤਾਂ x1 ਦੀ ਵੈਲਿਊ ਇੱਥੇ ਕਿੰਨੀ ਆ ਗਈ 840 ਤਾਂ ਆ ਬਟਾ 6 y1 ਆ ਗਿਆ x2 ਜਿਹੜਾ ਹੈ ਤੁਸੀਂ ਕੱਢਣਾ ਹੈ y2 ਤੁਹਾਨੂੰ 5 ਦਿੱਤਾ ਹੈ ਤਾਂ ਤੁਸੀਂ ਇਹਨੂੰ x2 ਦੇ ਲਈ ਸੋਲਵ ਕੀਤਾ ਕਰਨਾ ਹੈ 840 5 6 ਜਿੱਦ ਕਿ ਇਹਦੇ ਬਰਾਬਰ ਆਏਗਾ ਜਦੋਂ ਤੁਸੀਂ ਇਹਨੂੰ ਸੋਲਵ ਕਰੋਗੇ ਤਾਂ ਵਿਦਿਆਰਥੀਓ a ਜਾਏਗਾ 140 ਦੇ 140 5 ਤੁਹਾਨੂੰ ਮਿਲ ਗਿਆ 700 ਠੀਕ ਹੈ ਤਾਂ ਇਹ ਪਾਰਟ a ਦੇ ਸਵਾਲ ਹੈਗੇ ਨੇ ਪਾੜ ਬੀ ਜਿਹੜਾ ਹੈ ਉਹ ਅਸੀਂ ਅਗਲੀ ਵੀਡੀਓ ਦੇ ਵਿੱਚ ਕਰਨਾ ਹੈ ਤੇ ਇਹ ਚਾਰੀ ਸਵਾਲਾਂ ਦੇ ਰਿਲੇਟਡ ਵਿੱਚੋਂ ਤੁਸੀਂ ਕੋਈ ਦੋ ਦੋ ਸਵਾਲ ਹੁਣ ਜ਼ਰੂਰ ਕਰਨੇ ਨੇ ਤਾਂ ਕਿ ਤੁਹਾਡੇ ਹੋਰ ਸਵਾਲ ਵੀ ਜਿਹੜੇ ਇਹਦੇ ਨਾਲ ਕਵਰ ਹੋ ਜਾਣ। ਮਤਲਬ ਕਿ ਇੰਡਾਇਰੈਕਟ ਪ੍ਰੋਪੋਰਸ਼ਨ ਵਾਲੇ ਚੈਪਟਰ ਦੇ ਵਿੱਚੋਂ ਡਾਇਰੈਕਟ ਪ੍ਰੋਪੋਰਸ਼ਨ ਵਾਲੇ ਚੈਪਟਰ 'ਚੋਂ ਇੱਕ ਸਵਾਲ ਦੋ ਸਵਾਲ ਹੋਰ ਕਰੋ। ਇਦਾਂ ਵਿੱਚੋਂ ਜੋ 3rd ਸਾਮ ਸੀਗਾ ਮੈਂਸਰੇਸ਼ਨ ਚੈਪਟਰ ਦੇ ਵਿੱਚੋਂ ਇਹਦੇ ਨਾਲ ਦੇ ਵੀ ਦੋ ਸਵਾਲ ਹੋਰ ਕਰੋ ਇਸੇ ਤਰ੍ਹਾਂ ਵਿੱਚੋਂ ਸੈਕਿੰਡ ਕੁਐਸਚਨ ਜਿਹੜਾ ਅਸੀਂ ਪ੍ਰੋਬੈਬਿਲਟੀ ਵਾਲਾ ਇਹਦੇ ਵਿੱਚੋਂ ਵੀ ਦੋ ਸਵਾਲ ਹੋਰ ਕਰੋ ਤੇ ਇਸੇ ਤਰ੍ਹਾਂ ਵਿੱਚੋਂ ਦੋ ਸੰਖਿਆਵਾਂ ਜਿਹੜਾ ਇਹ ਤੁਹਾਡਾ ਸੈਕਿੰਡ ਚੈਪਟਰ ਹੈਗਾ ਉਹਦੇ ਵਿੱਚੋਂ ਸਵਾਲ ਹੈਗਾ ਤੇ ਇਹਦੇ ਨਾਲ ਦੇ ਵੀ ਦੋ ਸਵਾਲ ਤੁਸੀਂ ਜ਼ਰੂਰ ਕਰਨੇ ਨੇ ਠੀਕ ਹੈ ਇੱਕ ਤੁਹਾਨੂੰ ਮੈਂ ਪਾ ਦਿੰਨਾ ਇਹਦੇ ਵਿੱਚੋਂ ਕੁਐਸਚਨ ਹੈ ਕਿ ਮੰਨ ਲਓ ਇੱਕ ਡਾਈਸ ਹੈ ਠੀਕ ਹੈ ਤੇ ਇਹ ਡਾਈਸ ਜਿਹੜੇ ਹੈ ਡਾਈਸ ਤੇ ਤੁਹਾਨੂੰ ਪਤਾ ਹੈ ਪਾਸਾ ਪਾਸਾ ਹੁੰਦਾ ਹੈ ਤੇ ਪਾਸਾ ਸੁੱਟਣ ਤੇ ਵਿਦਿਆਰਥੀਓ ਪਾਸੇ ਦੇ ਵਿੱਚ ਤੁਹਾਨੂੰ ਸਾਰਿਆਂ ਨੂੰ ਪਤਾ ਹੋਵੇਗਾ ਇਸ ਤਰ੍ਹਾਂ 6 ਡਾਟ ਇੱਕ ਸਾਈਡ ਤੇ 5 ਡਾਟ ਇੱਕ ਸਾਈਡ ਤੇ 4 ਡਾਟ ਇੱਕ ਸਾਈਡ ਤੇ 3 ਡਾਟ ਇੱਕ ਸਾਈਡ ਤੇ ਤੇ 1 ਡਾਟ ਇੱਕ ਸਾਈਡ ਤੇ ਇਸ ਤਰ੍ਹਾਂ ਹੁੰਦਾ ਹੈ 2 ਤੇ 1 ਠੀਕ ਹੈ ਤੇ ਪਾਸਾ ਸੁੱਟਣ ਤੇ ਕੋਈ ਇੱਕ ਅਭਾਜ ਸੰਖਿਆ ਆਉਣ ਦੀ ਸੰਭਾਵਨਾ ਅਭਾਜ ਸੰਖਿਆ ਆਉਣ ਦੀ ਸੰਭਾਵਨਾ ਇਹ ਤੁਸੀਂ ਵਿੱਚੋਂ ਆਨਸਰ ਜਿਹੜਾ ਹੈ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਣਾ ਹੈ ਕਿ ਇਹਦਾ ਆਨਸਰ ਕੀ ਆਏਗਾ ਠੀਕ ਹੈ ਕੋਈ ਇੱਕ ਅਪਾਜ ਸੰਖਿਆ ਆਉਣ ਦੀ ਸੰਭਾਵਨਾ ਜਿਹੜੀ ਹੈ ਉਹ ਤੁਸੀਂ ਮੈਨੂੰ ਦੱਸਣੀ ਹੈਗੀ ਹੈ ਠੀਕ ਹੈ ਬਟਿਆਂ ਦੇ ਵਿੱਚ ਆਨਸਰ ਆਊਗਾ ਤਾਂ ਇੱਥੇ ਆਨਸਰ ਤੁਸੀਂ ਹੁਣ ਕਮੈਂਟ ਬਾਕਸ ਵਿੱਚ ਜ਼ਰੂਰ ਲਿਖਿਓ ਕਿ ਕਿੰਨਾ ਆਨਸਰ ਆਣਾ ਹੈ ਓਕੇ ਥੈਂਕ ਯੂ ਥੈਂਕ ਯੂ ਸੋ ਮਚ